ਭੈਰਮ ਸਤਗੁਰੂ ਸਾਧਸੰਗੇ ਜੀ ਰਸਨਾ ਪਵਿੱਤਰ ਕਰਨ ਲਈ ਇਹ ਤਿਆ ਕੀ ਡਾਂਸੀਰ ਸਾਧਗੁਰੂ ਜਗਜੀਤ ਸਿੰਘ ਜੀ ਤਾਂਸੀਰ ਇਹ ਸਾਧਗੁਰੂ ਉਦੇਸ ਸਿੰਘ ਜੀ ਸਾਧਸੰਗੇ ਜੀ ਅਸੀਂ ਕੱਲ ਸਰਵਣ ਕੀਤਾ ਸੀ ਕਿ ਸੇਠ ਪ੍ਰਤਾਪ ਸਿੰਘ ਜੀ ਨੇ ਗਿਆਨੀ ਜੀ ਨੂੰ ਆਖਿਆ ਸੀ ਕਿ ਤੈਨੂੰ ਇੱਕ ਜ਼ਿੰਮੇਵਾਰੀ ਸੌਂਪਣੀ ਹੈ ਨਿਭਾਵੇਂਗਾ ਤੇ ਉਹਨਾਂ ਕੇ ਆਜੀ ਹੁਕਮ ਕਰੋ ਜਰੂਰ ਕੋਸ਼ਿਸ਼ ਕਰਾਂਗਾ ਤੇ ਸੰਤਾ ਨੇ ਉਹਨਾਂ ਨੂੰ ਆਖਿਆ ਸੀ ਕਿ ਮੇਰੇ ਸਰੀਰ ਦੀਆਂ ਅੰਤਮ ਕ੍ਰਿਆਵਾਂ ਕਰਕੇ ਤੂੰ ਆਪ ਭੈਣ ਜੀ ਸਾਹਿਬ ਜਾਈ ਮੇਰੇ ਵੱਲੋਂ ਸਾਡੇ ਸਾਧਗਰਾਂ ਨੂੰ ਅਰਜ਼ ਕਰੀ ਕਿ ਤੁਹਾਡਾ ਸਿੱਖ ਚੜਾਈ ਘਰ ਗਿਆ ਹੈ ਭੋਗ ਤੇ ਜਰੂਰ ਦਰਸ਼ਨ ਦਿਓ ਸੰਜੀਵ ਚੜਾਈ ਘਰ ਗਏ ਸੀ ਤੇ ਉਸ ਤੋਂ ਬਾਅਦ ਗਿਆਨੀ ਜੀ ਸੰਤਾ ਦੇ ਲੜਕਿਆਂ ਨਾਲ ਭੋਗ ਤੇ ਸਾਧਗੁਰਾਂ ਨੂੰ ਦਰਸ਼ਨ ਦੇਣ ਲਈ ਅਰਜ ਕਰਨ ਬਾਰੇ ਗੱਲ ਕੀਤੀ ਉਹਨਾਂ ਪਤਾ ਕਰਕੇ ਦੱਸਿਆ ਕਿ ਸਾਧਗੁਰ ਜੀ ਤਾਂ ਵਿਦੇਸ਼ ਡੋਰੇਟਿ ਅਫਰੀਕਾ ਗਏ ਹੋਏ ਹਨ ਅਗਸਤ ਦੇ ਪਹਿਲੇ ਹਫ਼ਤੇ ਪੈਣੀ ਸਹਿਬ ਆਉਣਗੇ ਇੱਥੋਂ ਤੱਕ ਅਸੀਂ ਗੱਲ ਸਾਖੀ ਸਰਵੰਤ ਕੀਤੀ ਸੀ ਅੱਜ ਉਸ ਤੋਂ ਅੱਗੇ ਸਰਵੰਤ ਕਰਾਂਗੇ 4 ਅਗਸਤ ਨੂੰ ਸਾਧਗੁਰ ਜਗਜੀਤ ਸਿੰਘ ਜੀ ਸ਼੍ਰੀ ਪੈਣੀ ਸਹਿਬ ਆਗੇ ਗਿਆਨੀ ਜੀ ਦੱਸਦੇ ਹਨ ਕਿ 5 ਅਗਸਤ ਨੂੰ ਮੈਂ ਤੇ ਮੇਰੀ ਪਤਨੀ ਅਮਰਜੀਤ ਕੌਰ ਪਹਿਲੀ ਵਾਰ ਸ਼੍ਰੀ ਪੈਂਸਾ ਪਹੁੰਚੇ ਸੇਠ ਪਰਦਾਪ ਸਿੰਘ ਜੀ ਦੇ ਦੋ ਲੜਕੇ ਵੀ ਆ ਗਏ ਪਰ ਜਦੋਂ ਅਸੀਂ ਪਹੁੰਚੇ ਸਰਗੁਰੂ ਜੀ ਗੱਡੀ ਵਿੱਚ ਬੈਠੇ ਸਨ ਕਿਸੇ ਪਾਸੇ ਰਵਾਨਗੀ ਦੀ ਤਿਆਰੀ ਸੀ ਕੁਝ ਸੰਗਤ ਨਮਸਕਾਰ ਕਰ ਰਹੀ ਸੀ ਸਾਡੀ ਕਿਸੇ ਨਾਲ ਕੋਈ ਵਾਕ ਵੀ ਨਹੀਂ ਸੀ ਇਸ ਲਈ ਅਸੀਂ ਭੀੜ ਵਿੱਚ ਅਜੇ ਪਿੱਛੇ ਸਾਂ ਕਿ ਸੰਤਾਂ ਦੇ ਲੜਕਿਆਂ ਨੇ ਨਮਸਕਾਰ ਕਰਕੇ ਅਰਜ਼ ਕੀਤੀ ਸੱਚੇ ਬਾਦਸ਼ਾਹ ਜੀ ਸਾਡੇ ਪਿਤਾ ਜੀ ਚੜ੍ਹਾਈ ਘਰ ਗਏ ਹਨ ਆਪ ਜੀ ਕਿਰਪਾ ਕਰੋ ਭੋਗ ਤੇ ਦਰਸ਼ਨ ਦਿਓ ਪਿਤਾ ਜੀ ਦੀ ਇੱਛਾ ਸੀ ਕਿ ਮੇਰਾ ਭੋਗ ਸੱਚੇ ਬਾਦਸ਼ਾਹ ਜੀ ਦੀ ਹਜ਼ੂਰੀ ਵਿੱਚ ਭਵੇ ਪਹਿਲੋ 10000 ਰੁਪਈਆ ਲਿਆਓ ਫਿਰ ਭੋਗ ਤੇ ਜਾਵਾਂਗਾ ਸ਼ੀਸ਼ਾ ਗੁਰ ਜੀ ਨੇ ਧਾੜਨਾ ਪਰੇ ਸ਼ਬਦ ਗਏ ਇਹ ਸੁਣ ਕੇ ਮੈਂ ਆਪਣੀ ਘਰਵਾਲੀ ਨੂੰ ਕਿਹਾ ਚੱਲੀਏ ਵਾਪਸ ਨਾ ਮੈਂ ਅਰਜ਼ ਕੀਤੀ ਤੇ ਨਾ ਹੀ ਇੱਥੇ ਰੁਗਣ ਦਾ ਮਾਨ ਕੀਤਾ ਮੈਂ ਸੋਚਿਆ ਉਹ ਤੇ ਸਾਧੂ ਸੀ ਭਜਨ ਬਾਣੀ ਕਰਦਾ ਸੀ ਪਰ ਇੱਥੇ ਤਾਂ ਦੁਕਾਨਦਾਰੀ ਹੀ ਹੈ ਸਿੱਖ ਦੇ ਭੋਗ ਦੇ ਜਾਣ ਲਈ ਵੀ 10000 ਮੰਗਦੇ ਹਨ ਅਸੀਂ ਵਾਪਸ ਆਪਣੇ ਪਿੰਡ ਆ ਗਏ ਉਸੇ ਰਾਤ ਮੇਰੇ ਨਾਲ ਐਸਾ ਕੋਟਕ ਵਾਪਰਿਆ ਕਿ ਮੇਰਾ ਜੀਵਨ ਹੀ ਬਦਲ ਗਿਆ ਰਾਤ 2:00 ਵਜੇ ਮੈਂ ਆਪਣੇ ਕਮਰੇ 'ਚ ਉੱਠ ਕੇ ਘਰ ਦੇ ਵੇੜੇ ਦੇ ਇੱਕ ਕੋਨੇ 'ਚ ਬੜੇ ਬਾਣੇ ਬਾਥਰੂਮ 'ਚ ਪਸ਼ਾਬ ਕਰਨ ਲੱਗਿਆ ਜਲ ਵਰਤ ਕੇ ਹੱਥ ਧੋ ਕੇ ਵਾਪਸ ਕਮਰੇ 'ਚ ਜਾਣ ਲੱਗਾ ਤਾਂ ਕੀ ਵੇਖਦਾ ਹਾਂ ਕਿ ਵੇੜੇ ਵਿੱਚ ਸਾਗੁਰ ਜਗਜੀਤ ਸਿੰਘ ਜੀ ਖੜੇ ਹੋਏ ਹਨ ਮੈਨੂੰ ਮੋਢਿਓਂ ਫੜ ਕੇ ਬਚਨ ਕਰਨ ਲੱਗੇ ਗਿਆਨੀ ਮੁੰਡਿਆਂ ਨਾਲ ਹੋਈ ਗਾਲ ਤੇ ਗੁੱਸਾ ਕਰਕੇ ਬਹਿ ਗਿਆ ਹੈ ਉਨਾਂ ਨਾਲ ਤਾਂ ਮੇਰੀ ਹੋਰ ਗੱਲ ਸੀ ਤੈਨੂੰ ਸੰਧਾ ਨੇ ਆਖਿਆ ਸੀ ਮੇਰੇ ਨਾਲ ਗੱਲ ਕਰਨ ਲਈ ਤੂੰ ਤਾਂ ਮੈਨੂੰ ਮਿਲਿਆ ਹੀ ਨਹੀਂ ਨਾ ਤੂੰ ਮੈਨੂੰ ਸੰਧਾ ਦਾ ਸੁਨੇਹਾ ਦਿੱਤਾ ਅਤੇ ਨਾ ਮੈਂ ਤੈਨੂੰ ਜਵਾਬ ਦਿੱਤਾ ਹੈ ਕਰੀਬ ਡੇਢ ਦੋ ਮਿੰਟ ਸਾਗੁਰ ਜਗਜੀਤ ਸਿੰਘ ਜੀ ਮੇਰੇ ਨਾਲ ਬਚਨ ਕਰਦੇ ਰਹੇ ਮੈਂ ਡੋਰਪੋਰ ਹੋਇਆ ਜਿਵੇਂ ਪੱਥਰ ਦੀ ਮੂਰਤੀ ਹੀ ਬਣਿਆ ਖਲੋਤਾ ਸਾਂ ਇਸ ਤਰ੍ਹਾਂ ਦੇ ਬਚਨ ਕਰਕੇ ਸਾਗੁਰ ਜੀ ਅਦ੍ਰਿਸ਼ ਹੋ ਗਏ ਜੇ ਤੇ ਕਮਰੇ ਵਿੱਚੇ ਕੱਢਣਾ ਆਪਰਦੀ ਤਾਂ ਮੈਂ ਸੋਚ ਸਕਦਾ ਸਾਂ ਕਿ ਸ਼ਾਇਦ ਮੈਨੂੰ ਸੁਪਨਾ ਹੀ ਆਇਆ ਹੈ ਫਿਰ ਮੈਨੂੰ ਨੀਂਦਰ ਕਿੱਥੇ ਆਉਣੀ ਸੀ ਦਿਮਾਗ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗੇ ਕਦੇ ਤੇ ਮੈਂ ਸੋਚਾਂ ਇਹ ਪੂਰੀ ਸਤਗੁਰੂਹਨ ਮੇਰੇ ਧਨ ਬਾਗ ਹਨ ਜੋ ਮੈਨੂੰ ਦਰਸ਼ਨ ਦਿੱਤੇ ਅੰਤਰਜਾਮੀ ਹਨ ਮੈਂ ਅਰਜ਼ ਵੀ ਨਹੀਂ ਕੀਤੀ ਸੰਤਾ ਦੇ ਕਹੇ ਸਾਰੇ ਬਚਨ ਮੇਰੇ ਨਾਲ ਕਿਤੇ ਹਨ ਪਰ ਕਦੇ ਦੂਸਰੇ ਖਿਆਲ ਧਾਰੂ ਹੋ ਜਾਣ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਤਾਂ ਕੋਈ ਗੁਰੂ ਹੋਇਆ ਹੀ ਨਹੀਂ ਇਹਨਾਂ ਨੇ ਕੋਈ ਕਾਲਾ ਇਲਮ ਨਾ ਸਿੱਧ ਕੀਤਾ ਹੋਵੇ ਦੁਕਾਨਦਾਰੀਆਂ ਚਲਾਉਣ ਲਈ ਲੋਕ ਛਿਲੇ ਕਰਦੇ ਹਨ ਰੀਡੀਆਂ ਸਿੱਧੀਆਂ ਕਰਦੇ ਹਨ ਦਿਮਾਗ ਵਿੱਚ 2 ਘੰਟੇ ਦੀ ਉਤਲ ਪੁਤਲ ਤੋਂ ਬਾਅਦ ਮੈਂ ਸਾਰੀਆਂ ਗੱਲਾਂ ਦੇ ਵਿਚਾਰ ਕੀਤਾ ਕਿ ਚਿੱਤਰ ਗੁਪਤ ਦਾ ਲੇਖਾ ਫਾੜਿਆ ਗੁਰਵਾਕ ਅਨੁਸਾਰ ਸੇਟ ਪ੍ਰਤਾਪ ਸਿੰਘ ਹੋਰਨਾ ਸਾਧਗੁਰਾਂ ਨੇ ਲੇਖਾ ਮੁਕਾ ਦਿੱਤਾ ਉਹਨਾਂ ਕਹਿਆ ਮੈਨੂੰ ਹੁਗਮ ਆ ਗਿਆ ਹੈ ਦੱਸੇ ਸਭੀ ਅਨੁਸਾਰ ਸ਼ਰੀਰ त्याਗਿਆ ਅੰਤ ਸਮੇਂ ਸਾਗੂ ਪੱਤਾਰ ਸਿੰਘ ਜਿਦੇ ਦਰਸ਼ਨ ਦਾ ਝਲਕਾਰਾ ਅਤੇ ਹੁਣ ਸਾਗੂ ਜਗਜੀਤ ਸਿੰਘ ਜਿਦੇ ਪ੍ਰਤਾਖ ਦਰਸ਼ਨ ਅਖੀਰ ਇਸ ਸਿੱਟੇ ਤੇ ਪੁਜਿਆ ਕਿ ਇਹ ਗੁਰੂ ਨਾਨਕ ਦੀ ਜੋਤ ਹੈ ਉਹੋ ਸਾਧਗੁਰੂ ਹਨ ਸੰਤਾ ਦੀ ਸੰਗਤ ਗਾਰ ਕੀ ਮੇਰੇ ਤੇ ਕਿਰਪਾ ਹੋਈ ਹੈ ਸਾਗੂ ਪਟਨਾਬ ਸਿੰਘ ਜੀ ਨਾਲ 1948 ਵਿੱਚ ਹੋਏ ਬਚਨ ਯਾਦ ਆਏ ਸਮਾਂ ਆਏਗਾ ਤਾਂ ਦੱਸਾਂਗੇ ਮੈਂ ਆਪਣੇ ਆਪ ਨੂੰ ਕਿਹਾ ਉਹ ਗਿਆਨੀ ਹੁਣ ਉਹ ਸਮਾਂ ਆ ਗਿਆ ਹੈ ਜੇ ਅਜੇ ਵੀ ਤੂੰ ਸਾਗੂ ਜਗਜੀਤ ਸਿੰਘ ਜੀ ਨੂੰ ਪੂਰਾ ਸਤਗੁਰੂ ਨਾਮ ਨਿਆ ਤਾਂ ਤੇਰੇ ਵਰਗੇ ਖੋਟੇ ਬਾਗਾ ਵਾਲਾ ਕੋਈ ਨਹੀਂ ਮੈਂ ਆਪਣੀ ਘਰ ਵਾਲੀ ਨੂੰ ਠਾਇਆ ਸਾਰੀ ਵਾਰਤਾ ਸੁਣਾਈ ਛੇਤੀ ਛੇਤੀ ਤਿਆਰ ਹੋ ਕੇ ਸ਼੍ਰੀ ਭੰਗ ਜ਼ੈਮ ਨੂੰ ਜਾਲ ਪਏ ਸੰਤ ਰਸੇਮ ਸਿੰਘ ਹੋਰੀ 77 ਸਨ ਉਹਨਾਂ ਨੂੰ ਨਾਲ ਲੈ ਕੇ ਸੀ ਸਾਗੁਰ ਜਗਜੀਤ ਸਿੰਘ ਜੀ ਦੇ ਚਰਨ ਪਰਸੇ ਸੇਰ ਪ੍ਰਤਾਪ ਸਿੰਘ ਜੀ ਦੀ ਚੜ੍ਹਾਈ ਕਰਨ ਦੀ ਵਾਰਤਾ ਅਰਜ਼ ਕੀਤੀ ਅਤੇ ਉਹਨਾਂ ਵੱਲੋਂ ਭੋਗ ਤੇ ਦਰਸ਼ਨ ਦੇਣ ਦੀ ਬੇਨਤੀ ਕੀਤੀ ਹੁਕਮ ਹੋਇਆ ਅਸੀਂ ਯੂਰਪ ਦੁਆਰੇ ਤੇ ਜਾਣਾ ਹੈ ਇਸ ਲਈ ਕੱਲ ਨੂੰ ਹੀ ਆਵਾਂਗੇ 60 ਅਗਸਤ ਨੂੰ ਸਾਧਗੁਰ ਜੀ ਨੇ ਛਾਟੇ ਦਰਸ਼ਨ ਦਿੱਤੇ ਪੂਰਾ ਦਿਨ ਸਾਧਗੁਰ ਜੀ ਸੰਤਾਂ ਦੇ ਭੋਗ ਤੇ ਰਹੇ ਬڑا ਪਰਵਾ ਮੇਲਾ ਹੋਇਆ ਅਸਾ ਪਰਿਵਾਰ ਸਮਿਤ ਗੁਰਮੰਤਰ ਯਾਨੀ ਨਾਮ ਲਿਆ ਲਿਆ ਅਤੇ ਅੰਮ੍ਰਿਤ ਵੀ ਛਕ ਲਿਆ ਨਾਮ ਦਾ ਰਸਿਕਸ ਆਜ ਗਏ ਨਾਮ ਜਪਦਿਆਂ ਸਾਗੂ ਸੱਚੇ ਬਾਦਸ਼ਾਹ ਦੇ ਚਰਨੀ ਲੱਗ ਕੇ ਮੇਰੇ ਵਾਸਤੇ ਗੁਰਬਾਣੀ ਦੇ ਅਰਥ ਹੀ ਬਦਲ ਗਏ ਗੁਰਬਾਣੀ ਦੇ ਭਾਵ ਹਿਰਦੇ ਚ ਵਸਣ ਲਗੇ ਗੁਰਬਾਣੀ ਪੜਨ ਸੁਣਨ ਅਤੇ ਕੀਰਤਨ ਕਰਨ ਦਾ ਦ੍ਰਿਸ਼ਟੀਕੋਣ ਹੀ ਬਦਲ ਗਿਆ ਅਨੰਦ ਭਾਇਆ ਮੇਰੀ ਮਾਏ ਸਤਗੁਰੂ ਮੈਂ ਬਾਇਆ ਵਾਲੀ ਅਵਸਥਾ ਹੋ ਗਈ ਮੈਂ ਜਿੰਨਾ ਦੇ ਤਾਰੀ ਗੁਰੂ ਦਾ ਕੱਟੜ ਵਿਰੋਧੀ ਸਾਂ ਉਨਾ ਹੀ ਪੱਕਾ ਸਾਂ ਗੁਰਜਜੀਤ ਸਿੰਘ ਜੀ ਦਾ ਡ੍ਰਿੜ ਵਿਸ਼ਵਾਸੀ ਬਣ ਗਿਆ ਪੱਕਾ ਨਾਮ ਦਾ ਰਸਿਕ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸੇ ਸਾਗੁਰਜਜੀਤ ਸਿੰਘ ਜੀ ਨੂੰ ਸੰਤਾ ਦੇ ਲੜਕੇ ਨੂੰ ਜੋ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਤਗੁਰੂ ਜੀਨੂ ਸੰਤਾ ਦੇ ਲੜਕਿਆਂ ਨੂੰ ਜੋ ਹੁਕਮ ਕੀਤਾ ਕਿ ਪਹਿਲਾ 10000 ਲਿਆਓ ਫਿਰ ਭੋਗਦੇ ਜਾਵਾਂਗਾ ਸ਼੍ਰੀ ਸਾਧਗੁਰੂ ਜੀ ਨੇ ਸੰਤਾ ਦੇ ਲੜਕਿਆਂ ਨੂੰ ਜੋ ਹੁਕਮ ਕੀਤਾ ਕਿ ਪਹਿਲਾ 10000 ਲਿਆਓ ਫਿਰ ਭੋਗਦੇ ਜਾਵਾਂਗਾ ਉਹਨਾਂ ਵਿਆਹ ਵਿੱਚ ਬੇਮਰਿਆਦਗੀ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਡੰਨ ਲੱਗਾ ਸੀ ਸਮਾ ਬੀਤਦਾ ਗਿਆ ਭੈਣੇ ਸਹਿ ਮੇਲੇ ਤੇ ਆਉਣਾ ਦਰਸ਼ਨ ਮੇਲੇ ਕਰਨੇ 1960 ਵਿੱਚ ਸਚੇਵਾਸ਼ਾ ਜੀ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਡੋਰਾ ਸੀ ਘਰ ਚਰਨ ਪਾਉਣ ਦੀ ਅਰਜ਼ੀ ਕੀਤੀ ਜੋ ਪ੍ਰਵਾਨ ਹੋ ਗਈ ਸਾਗੂ ਸਚੇਵਾਸ਼ਾ ਜੀ ਨੇ ਸਾਡੇ ਘਰ ਚਰਨ ਪਾਏ ਅਤੇ ਮੈਨੂੰ ਹੁਕਮ ਦਿੱਤਾ ਗਿਆਨੀ ਜੀ ਤੁਸੀਂ ਪਰਵਾਰ ਸਮੇਤ ਭੈਣੀ ਸਹਿਬ ਆ ਜਾਓ ਸਾਡੇ ਕੋਲ ਹੀ ਰੋ ਭਜਨ ਬਾਣੀ ਕਰੋ ਮੈਂ ਸਤਿਵਚਨ ਕੀਤਾ 1982 ਵਿੱਚ ਮੇਰਾ ਪਰਿਵਾਰ ਭੈਣੀ ਸਹਿਬ ਆ ਗਿਆ ਮੈਂ ਆਉਂਦਾ ਜਾਂਦਾ ਰਿਹਾ 1984 ਵਿੱਚ ਮੈਂ ਵਿਪੱਕੇ ਤੌਰ ਤੇ ਭੈਣੀ ਸਾਹਿਬ ਆ ਗਿਆ ਗਿਆਨੀ ਜੀ ਮਿੱਠਾ ਖਾਣ ਦੇ ਬਹੁਤ ਸ਼ੁਕੀਨ ਸਨ ਆਖਰੀ ਉਮਰੇ ਸ਼ੂਗਰ ਹੋ ਗਈ ਕਾਫੀ ਢਿੱਲੇ ਹੋ ਗਏ 1992 ਵਿੱਚ ਕੁਝ ਦਿਨ ਕੁਝ ਦਿਨ ਦਿੱਲੀ ਖੈਰਾ ਹਸਪਤਾਲ ਵਿੱਚ ਵਿਦਾ ਕਰ ਰਹੇ ਸ੍ਰੀ ਸਾਗੁਰ ਜੀ ਨੂੰ ਪਤਾ ਲਗਾ ਹੁਕਮ ਭੇਜ ਕੇ ਵਾਪਸ ਬੁਲਾ ਲਿਆ ਉਹਨਾਂ ਦਿਨਾਂ ਵਿੱਚ ਸੰਦਿਆਲ ਸਿੰਘ ਫਗਵਾੜੇ ਵਾਲੇ ਸ੍ਰੀ ਭੈਣੀ ਸਾਹਿਬ ਦੇ ਕਾਰ ਮੁਖਤਿਆਰ ਸਨ ਗਿਆਨੀ ਜੀ ਖਾਣਡ ਪਾਠਾ ਦੇ ਪ੍ਰਬੰਧਕ ਸਨ ਸੰਧਿਆਲ ਸਿੰਘ ਜੀ ਨੇ ਅਰਜ਼ੀ ਕੀਤੀ ਗਰੀਬ ਨਿਵਾਜ਼ ਜੀ ਗਿਆਨੀ ਜੀ ਦਿੱਲੀੋਂ ਆ ਗਏ ਹਨ ਕਾਫੀ ਟੀਲੇ ਹਨ ਸ਼ੂਗਰ ਬਹੁਤ ਵੱਧੀ ਹੋਈ ਹੈ ਬੁਖਾਰ ਵੀ ਹੈ ਘਾਰ ਹੀ ਹਨ ਆਪ ਜੀ ਦਰਸ਼ਨ ਦੇਣ ਦੀ ਕਿਰਪਾ ਕਰੋ ਜੀ ਸ਼੍ਰੀ ਸਾਗੁਰ ਜੀ ਅਸਦੀਵਾਰ ਤੋਂ ਬਾਅਦ ਗਿਆਨੀ ਜੀ ਨੂੰ ਦਰਸ਼ਨ ਦੇਣ ਗਏ ਸ਼੍ਰੀ ਸਾਧਗੁਰ ਜੀ ਅਸਦੀਵਾਰ ਤੋਂ ਬਾਅਦ ਗਿਆਨੀ ਜੀ ਨੂੰ ਦਰਸ਼ਨ ਦੇਣ ਗਏ ਵੱਡੇ ਲੰਗਰ ਦੇ ਚੜ੍ਹਦੇ ਪਾਸੇ ਗਲੀ ਵਿੱਚ ਇੱਕ ਘਰ ਸੀ ਜਿੱਥੇ ਗਿਆਨੀ ਜੀ ਪਰਿਵਾਰ ਸਮੇਤ ਰਹਿੰਦੇ ਸਨ ਉਸ ਦਿਨ ਮੈਂ ਯਾਨੀ ਸੇਵਾਕਰ ਬਾਲ ਸਿੰਘ ਜੀ ਦੱਸਦੇ ਹਨ ਕਿ ਮੈਂ ਵੀ ਨਾਲ ਸਾਂ ਗਰੀਬ ਨਿਵਾਜ ਜੀ ਗਿਆਨੀ ਜੀ ਦੇ ਘਰ ਜਦੋਂ ਕਮਰੇ ਵਿੱਚ ਪ੍ਰਵੇਸ਼ ਕੀਤਾ ਗਿਆਨੀ ਜੀ ਮੰਜੇ ਤੇ ਲੇਟੇ ਹੋਏ ਸਨ ਜਲਦੀ ਨਾਲ ਉੱਠ ਕੇ ਚਰਨਾਂ ਤੇ ਨਮਸ਼ ਨਤਮਸਤਕ ਹੋਏ ਅਤੇ ਫਿਰ ਪੁੰਜੇ ਹੀ ਲੈਣ ਗਏ ਅਰਜ਼ ਕੀਤੀ ਗਰੀਬ ਨਿਵਾਜ मेरे मत्थे चरण दी बख्शिश करो एक बार अर्ज ते गरीब निवास जी नहीं चरण रखिया। ज्ञानी जी ने लेटिया हो होया ही बड़ी अधीनगी फिर अर्ज की सच्चे पाशा जी कृपा करो मेरा कल्याण आप जी दी चरण छू नाल ही होना है कृपा करो मेरे माड़े कर्म कर दो मेरे मत्थे चरण रखन दी बख्शिश करो ਵੈਸੇ ਸਾਧਗੁਰ ਸੱਚੀ ਬਾਛੇ ਜੀ ਇਸ ਤਰ੍ਹਾਂ ਬਹੁਤ ਘਾਟ ਕਿਰਪਾ ਕਰਦੇ ਹਨ ਪਰ ਗਿਆਨੀ ਜੀ ਦੀ ਅਰਜ਼ ਪ੍ਰਵਾਨ ਹੋ ਗਈ ਗਰੀਬ ਨਿਵਾਜ ਜੀ ਨੇ ਸੱਜੇ ਚਰਨ ਚੋ ਜੋੜਾ ਲਾ ਕੇ ਗਿਆਨੀ ਗਿਆਨ ਸਿੰਘ ਜੀ ਦੇ ਮੱਥੇ ਤੇ ਰੱਖਿਆ ਤੇ ਬਚਨ ਕੀਤਾ ਗਿਆਨੀ ਤੂੰ ਚੰਗਾ ਬਲਾ ਹੈ ਉਠ ਚੱਲ ਕੇ ਆਪਣੀ ਪਾਠਾਂ ਦੀ ਸੇਵਾ ਸੰਭਾਲ ਗਿਆਨੀ ਜੀ ਦੱਸਦੇ ਸਨ ਕਿ ਉਸ ਦਿਨ ਸ਼੍ਰੀ ਸਾਗੁਰ ਜਗਜੀਤ ਸਿੰਘ ਜੀ ਦੀ ਚਰਨ ਛੋ ਅਤੇ ਆ ਜਿਰੇ ਬਚਨ ਨਾਲ ਮੇਰੇ ਸਾਰੇ ਰੋਗ ਘਟੇ ਗਏ ਮੇਰਾ ਸਰੀਰ ਹੌਲਾ ਫੁੱਲ ਵਰਗਾ ਹੋ ਗਿਆ ਆਤਮਿਕ ਅਵਸਥਾ ਪਰਮ ਆਨੰਦ ਵਾਲੀ ਹੋ ਗਈ ਜਿਹੜਾ ਮੇਰਾ ਸਰੀਰ ਕੁਝ ਦਿਨਾਂ ਦਾ ਪੁਰਾਣਾ ਹੀ ਜਾਪਦਾ ਸੀ ਇੰਨੀ ਹਿੰਮਤ ਆ ਗਈ ਸਰੀਰ ਵਿੱਚ ਕਿ ਮੈਂ ਉਸ ੇਢੀ ਨੁੱਟ ਕੇ ਆ ਗਿਆ ਸੋਧ ਰਾਖੇ ਪਾਠ ਦੀ ਸੇਵਾ ਸੰਭਾਲ ਲਈ ਇਸ ਦਿਨ ਤੋਂ ਬਾਅਦ ਗਿਆਨੀ ਜੀ ਆਖਣ ਲੱਗੇ ਕਿ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ ਹੁਣ ਨਾ ਕਦੇ ਚੈੱਕ ਕਰਵਾਣਾ ਹੈ ਨਾ ਮਿੱਠੇ ਦਾ ਪਰੇਜ਼ ਕਰਨਾ ਹੈ ਅਤੇ ਨਾ ਹੀ ਕੋਈ ਦਵਾਈ ਖਾਣੀ ਹੈ ਇਹ ਜੀਵਨ ਸਾਗੁਰ ਜਗਜੀਤ ਸਿੰਘ ਜੀ ਦਾ ਬਖਸ਼ਿਆ ਹੈ ਜਿੰਨੀ ਦੇ ਉਹਨਾਂ ਦੀ ਰਜ਼ਾ ਹੋਈ ਉਹਨਾਂ ਚੇਰ ਹੀ ਜਿਉਣਾ ਹੈ ਜਦੋਂ ਹੁਕਮ ਹੋ ਗਿਆ ਸਰੀਰ त्या ਕੇ ਸਨ ਲਈ ਸੱਚੇ ਬਾਦਸ਼ਾਹ ਨੇ ਚੜ੍ਹਨਾ ਵਿੱਚ ਸਮਾ ਜਾਣਾ ਹੈ 27 ਮਾਰਚ 1994 ਸ਼ੀਰੀ ਭੈਣੀ ਸਹਿ ਬੋਲੇ ਮੇਲੇ ਦੇ ਪਹਿਲੇ ਦਿਨ ਸਾਗੂ ਜਗਜੀਤ ਸਿੰਘ ਜੀ ਦੇ ਦਰਸ਼ਨ ਘਰ ਕੇ ਚਲਦੇ ਫਿਰਦੇ ਗਿਆਨੀ ਗਿਆਨ ਸਿੰਘ ਜੀ ਸੱਪ ਦਾ ਕੁੰਜ त्याਗਣ ਵਾਂਗ ਆਪਣਾ ਤਨ ਰੂਪੀ ਚੋਲਾ त्याग ਕੇ ਸਨਾ ਵਸਤੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਜਾ ਬਿਰਾਜੇ ਮਰਨ ਸਭ ਕੈ ਮੂੰਡ ਪੈ ਸਫਲ ਮਰਨ ਹੈ ਤਾਹੀ ਤਨਖ ਵੀ ਖੇਤਨ ਕਉਤਜੈ ਪੀਸੋਪ੍ਰੀਤ ਬਣਾਏ ਸਾਰੇ ਆਖ ਲਈਏ ਪੰਸੀ ਰਿਸਤ ਗੁਰੂ ਜਗਜੀਤ ਸਿੰਘ ਜੀ ਉਹਨਾਂ ਦੀ ਚਰਣਾ ਵਿੱਚ ਅਨੇਕਾਂ ਵਾਰ ਡੰਡੋਤ ਬੰਦਨਾ ਹੈ ਪੰਸੀ ਰਿਸਤ ਗੁਰੂ ਜਗਜੀਤ ਸਿੰਘ ਜੀ